अच्छा पढ़ो दूसरा ग्रंथियों बाब पांच ऐत 18। ਬਸ ਹੁਣ ਤੁਸੀਂ ਸੁਣਿਆ ਕਿ ਨਹੀਂ? ਐਤ ਸੁਣੀ ਆ, ਸੁਣੀ ਆ। ਦੱਸੋ ਫਿਰ ਜੇਮਸ ਸਾਹਿਬ ਕੀ ਸੁਣਿਆ ਤੁਸੀਂ? ਨਹੀਂ ਸੁਣਿਆ? ਚੱਲ ਬਈ ਨਸੀਬ ਤੂੰ ਦੱਸ। ਅਜੇ ਵੀ ਜਵਾਬ ਸਹੀ ਨਹੀਂ। ਹੋਰ ਕੋਈ? ਚਲੋ ਤੁਸੀਂ ਦੱਸੋ, ਬੋਲੋ। ਇੱਕ ਸ਼ੇਰ ਸੀਗਾ ਕਿ ਯਸੂ ਮਸੀਹ ਦੇ ਬਾਰੇ ਲਿਖਿਆ ਸੀ, ਉਹਦਾ ਵਿਸ਼ਾ ਸੀ ਯਸੂ ਬਿਨਾਂ ਖੁਦਾ ਅਧੂਰਾ। ਪਰ ਨਾ ਤਾਂ ਕਿਸੇ ਨੇ ਸੁਣਿਆ ਹੀ ਆ ਅਤੇ ਨਾ ਕੋਈ ਉੱਥੋਂ ਸੁਣ ਤੱਕ ਪਹੁੰਚਦਾ ਆ। ਉਹਦੇ ਵਿੱਚ ਲਿਖਿਆ ਸੀ ਕਿ ਯਸੂ ਮਸੀਹ ਜੇ ਸਾਨੂੰ ਖੁਦਾ ਮਿਲਿਆ, ਬੋਲੋ, ਅਤੇ ਯਸੂ ਵਿੱਚ ਆ ਕੇ, ਇਹ ਸੀ ਸਭ ਤੋਂ ਵੱਡੀ ਬਰਕਤ। ਕਿਹੜੀ? ਯਾਨੀ ਯਸੂ ਦੇ ਵਿੱਚ ਆਏਗਾ ਖੁਦਾ, ਫਿਰ ਸਾਨੂੰ ਮਿਲੇਗਾ। ਅਤੇ ਖੁਦਾ ਮਿਲਿਆ ਯਸੂ ਮਸੀਹ ਦੇ ਵਸੀਲੇ, ਫਿਰ ਅਸੀਂ ਉਹਦੇ ਵਿੱਚ ਕਿ ਸਾਰੇ ਲੋਕਾਂ ਨੇ ਚਿਹਰਾ ਯਸੂ ਦਾ ਬਣਾ ਬਣਾ ਵੇਖਿਆ। ਅਤੇ ਯਸੂ ਮਸੀਹ ਨੇ ਚਿਹਰਾ ਬਣਾਇਆ, ਜਦੋਂ ਬਣਾਇਆ ਖੁਦਾ ਬਾਪ ਨੇ, ਅਤੇ ਫਿਲਪਸ ਨੂੰ ਕਹਿੰਦਾ ਸੀ ਤੂੰ ਅਜੇ ਤੱਕ ਜਾਣਦਾ ਹੀ ਨਹੀਂ ਕਿ ਖੁਦਾ ਮੇਰੇ ਵਿੱਚ ਅਤੇ ਮੈਂ ਅਤੇ ਮੇਰਾ ਖੁਦਾ ਇੱਕ ਹੈ। ਨਹੀਂ ਸੁਣਿਆ? ਸੁਣਿਆ ਨਾ, ਮੈਂ ਅਤੇ ਮੇਰਾ ਖੁਦਾ ਇੱਕ ਹਾਂ। ਕਾਕਾ ਤੈਨੂੰ ਸ਼ੇਰ ਯਾਦ ਆ? ਰੱਬ ਮਿਲਿਆ ਅਤੇ ਮੈਨੂੰ ਇਹਦੇ ਵਿੱਚ ਮਿਲਿਆ, ਬਿਨ ਯਸੂ ਉਹਦੇ ਵਿੱਚ ਸੀਗਾ। ਫਿਰ ਇਹ ਸ਼ੇਰ ਕਿ ਚਿਹਰਾ ਰੱਬ ਦਾ, ਚਿਹਰਾ ਰੱਬ ਦਾ, ਚਿਹਰਾ ਰੱਬ ਦਾ, ਬਸ ਇੱਕੋ ਨੂੰ ਫੱਬਦਾ ਜਿਹਦਾ ਨਾਮ ਖੁਦਾਵੰਦ ਯਸੂ ਮਸੀਹ ਹੈ। ਨਹੀਂ ਜੱਚਦਾ ਹੀ ਉਹਨੂੰ ਆ। ਲੋਕ ਲਾ ਲਾ ਵਹਿੰਦੇ ਨੇ ਨਾ, ਚਿਹਰੇ ਲਾ ਲਾ ਕੇ ਵਹਿੰਦੇ ਨੇ, ਬਣਾ ਬਣਾ ਕੇ ਵਹਿੰਦੇ ਨੇ। ਅਗਰ ਚਿਹਰਾ ਲੱਗਦਾ ਆ, ਜੇ ਫੱਬਦਾ ਆ,
ਜਾਚਦਾ ਆ ਤਾਂ ਫਿਰ ਯਿਸੂ ਮਸੀਹ ਨੂੰ ਜਾਚਦਾ। ਹੱਥ ਖੜਾ ਕਰਕੇ ਦੱਸਦੋ ਵੀ ਸੁਣ ਲਿਆ ਸੀ, ਠੀਕ ਹੈ। ਇਹ ਜਿਹੜਾ ਜਿਹੜਾ ਭੁੱਲੇਗਾ ਵੀ ਹੱਥ ਖੜਾ ਕਰ ਦਿਓ। ਅੱਛਾ, ਤੁਸੀਂ ਸਿਆਣੇ ਹੋ ਗਏ ਹੋ। ਹੁਣ ਬੋਲੋ, ਯਿਸੂ ਮਸੀਹ ਦੇ ਵਿੱਚ ਦੋ ਰਾਹ ਨੇ। ਫਿਰ ਸੁਣੋ, ਬੋਲੋ, ਫਿਰ ਬੋਲੋ, ਫਿਰ ਬੋਲੋ। ਇਹ ਲਫ਼ਜ਼ ਤੁਸੀਂ ਪਹਿਲੀ ਵਾਰੀ ਗੌਰ ਕਰਨਾ ਅਤੇ ਧਿਆਨ ਨਾਲ ਸੁਣਨਾ। ਬੋਲੋ, ਖੁਦਾ ਨਹੀਂ ਆ ਸਕਦਾ ਬਿਨਾਂ ਯਿਸੂ। ਖੁਦਾ ਵੀ ਨਹੀਂ ਆ ਸਕਦਾ ਬਗੈਰ ਰਾਹ ਦੇ, ਅਤੇ ਖੁਦਾ ਵੀ ਆਇਆ। ਬੋਲੋ, ਖੁਦਾ ਦਾ ਰਾਹ ਯਿਸੂ ਮਸੀਹ। ਤਿੰਨ ਵਾਰੀ ਬੋਲੋ, ਨਹੀਂ ਟਾਈਮ ਨਾ ਪਾਸ ਕਰੋ, ਠੜਾ ਕੇ ਬੋਲੋ, ਸਮਝ ਕੇ ਬੋਲੋ। ਠੀਕ ਹੈ। ਇਹ ਰਸਤਾ ਕਦੋਂ ਬੰਦ ਹੋ ਗਿਆ ਸੀ? ਮੈਂ ਸਗੋਂ ਕਿਹਾ ਬੋਲੋ ਤੇ ਹੁਣ ਬੋਲਦੇ ਨਹੀਂ। ਬੋਲੋ, ਜਿਸ ਵਕਤ ਆਦਮ ਹਵਾ ਕੋਲ ਖੁਦਾ ਆਉਂਦਾ ਸੀ, ਰਾਹ ਵਿੱਚ ਦੀ ਆਉਂਦਾ ਸੀ, ਠੰਡੇ ਵਕਤ ਆਉਂਦਾ ਸੀ, ਖੁਦਾ ਆਦਮ ਅਤੇ ਹਵਾ ਦੇ ਨਾਲ ਮੁਲਾਕਾਤ ਕਰਨ ਆਉਂਦਾ ਸੀ। ਆਦਮ ਅਤੇ ਹਵਾ ਨੂੰ ਰੱਬ ਦੀ ਲੋੜ ਨਹੀਂ, ਰੱਬ ਨੂੰ ਲੋੜ ਸੀ ਆਦਮ ਦੀ ਹਵਾ ਦੀ। ਇਸ ਵਾਸਤੇ ਬਣਾਇਆ ਵੀ ਆਪੇ ਹੀ ਅਤੇ ਮਿਲਦਾ ਵੀ ਆਪੇ। ਅਤੇ ਜਦੋਂ ਹੁਕਮ 'ਚ ਸੀ ਉਦੋਂ ਆਪੇ ਹੀ ਆਉਂਦਾ ਸੀ, ਹੁਕਮ 'ਚੋਂ ਬਾਹਰ ਹੋ ਗਿਆ। ਹੁਣ ਆਵਾਜ਼ਾਂ ਮਾਰ ਮਾਰ ਕੇ ਥੱਕ ਜਾਂਦੇ ਨੇ ਲੋਕ, ਕੋਈ ਆਉਂਦਾ ਹੀ ਨਹੀਂ। ਮੈਂ ਇੱਕ ਕਿਤਾਬ ਲਿਖਣੀ ਜ਼ਰੂਰੀ, ਅਤੇ ਜਿਹੜੀ ਸਾਇੰਸ ਦੀ ਸਭ ਤੋਂ ਵੱਡੀ ਕਿਤਾਬ ਆ ਨਾ, ਉਹ ਮੰਗਵਾਈ ਹੈ। ਅਤੇ ਉਹਦੇ ਵਿੱਚ ਦੱਸਦੇ ਨੇ ਸਾਇੰਸ ਵਿੱਚ ਕਿ ਖੁਦਾ ਨਹੀਂ ਹੈਗਾ, ਕੁਦਰਤ ਹੈਗੀ ਹੈ। ਅਤੇ ਕੁਦਰਤ ਨੇ ਹਾਈਡਰੋਜਨ ਬਣਾਇਆ, ਆਕਸੀਜਨ ਬਣਾਇਆ, ਅਤੇ ਉਹ ਪਾਣੀ ਬਣ ਜਾਂਦਾ ਉਹਦੇ ਨਾਲ, ਪੱਥਰ ਪਿਘਲ ਗਿਆ। ਇਹ ਸਾਰਾ ਕੁਛ ਸਾਇੰਸ ਦੱਸਦੀ ਹੈ।
ਫਿਰ ਸਾਇੰਸ ਜਦੋਂ ਸਵਾਲ ਕਰਦੀ ਹੈ ਨਾ, ਇਮਾਨਦਾਰ ਲਾਜਵਾਬ ਹੋ ਜਾਂਦਾ। ਅਤੇ ਉਹ ਕਿਤਾਬ ਲਿਖਣੀ ਆ ਵੀ ਇਮਾਨਦਾਰ ਲਾਜਵਾਬ ਨਹੀਂ ਹੋਵੇਗਾ ਤਾਂ ਸਾਇੰਸ ਲਾਜਵਾਬ ਹੋਵੇਗੀ। ਕੋਈ ਫਰਕ ਤਾਂ ਨਹੀਂ? ਬਹੁਤ ਫਰਕ ਹੈ। ਹੁਣ ਬੋਲਿਓ, ਸਾਇੰਸਦਾਨ ਸਵਾਲ ਕਰਦੀ ਹੈ, ਯਾਨੀ ਸਾਇੰਸ ਸਵਾਲ ਕਰਦੀ ਹੈ, ਸਾਇੰਸ ਸਵਾਲ ਕਰਦੀ ਹੈ, ਜਿਨ੍ਹਾਂ ਨੂੰ ਅਸੀਂ ਨਾਸਟਿਕ ਕਹਿੰਦੇ ਹਾਂ ਅੰਗਰੇਜ਼ਾਂ ਨੂੰ, ਵੀ ਉਹ ਰੱਬ ਨੂੰ ਨਹੀਂ ਮੰਨਦੇ। ਕਹਿੰਦੇ ਨੇ ਉਹ ਵੀ ਰੱਬ ਹੈ ਨਹੀਂ, ਅਤੇ ਉਹ ਨਹੀਂ ਮੰਨਦੇ। ਹੁਣ ਬੋਲੋ, ਜਿਹੜੇ ਰੱਬ ਨੂੰ ਕਹਿੰਦੇ ਨੇ ਹੈ ਨਹੀਂ, ਅਤੇ ਜਿਹੜੇ ਰੱਬ ਨੂੰ ਕਹਿੰਦੇ ਨੇ ਹੈਗਾ, ਨਿਰਾ ਹੈਗਾ ਨਹੀਂ ਕਹਿੰਦੇ, ਜਪ ਕਰਦੇ, ਤਪ ਕਰਦੇ, ਰਿਧੀਆਂ ਨਿਧੀਆਂ ਸਿੱਧੀਆਂ ਛਿਲੇ ਕਰਦੇ, ਕਰਦੇ ਨੇ ਕਿ ਨਹੀਂ? ਰਿਸ਼ੀ ਮੁਨੀ ਸਾਰੇ ਜੰਗਲਾਂ ਵਿੱਚ ਹੀ ਰਹੇ, ਠੀਕ ਹੈ। ਇਹ ਜ਼ਿਆਦਾ ਰੱਬ ਦਾ ਨਾਂ ਲੈਂਦੇ ਹਨ। ਬੋਲੋ, ਰੁਪਈਏ 10 ਸੁੱਟ ਕੇ ਵੇਖੋ ਕਿ ਕੌਣ ਚੁੱਕਦਾ ਅਤੇ ਕੌਣ ਨਹੀਂ ਚੁੱਕਦਾ। ਹੁਣ ਕੌਣ ਚੁੱਕ ਲਏਗਾ? ਲੈ ਦੱਸੋ ਮੇਰਾ ਕੀ ਕਸੂਰ ਹੈ ਤੁਸੀਂ ਚੁੱਪ ਕੀਤੇ ਦੇ? ਨਹੀਂ ਸਮਝੇ? ਬੱਚੇ ਛੋਟੇ ਛੋਟੇ ਰੁਪਈਏ ਨੂੰ ਸੜਕ ਵਿੱਚ ਚਿਪਕਾ ਦਿੱਤਾ। ਅਪ੍ਰੈਲ ਦਾ ਮਹੀਨਾ ਜਿਹੜਾ ਹੁੰਦਾ ਪਹਿਲਾ ਦਿਨ, 1 ਅਪ੍ਰੈਲ, ਉਹਦਾ ਨਾਂ ਲਿਖਿਆ ਅਪ੍ਰੈਲ ਫੂਲ। ਜਿਹੜਾ ਮਰਜ਼ੀ ਮਜ਼ਾਕ ਕਰ ਸਕਦਾ ਇੱਕ ਦਿਨ ਸਾਲ 'ਚ, ਉਹਦਾ ਕੀ ਨਾਂ ਆਇਆ? ਅਤੇ ਬੱਚਿਆਂ ਨੇ ਨਾ ਰੁਪਈਆ ਲਾਇਆ ਦਾ ਸੀ ਸੜਕ 'ਚ, ਅਤੇ ਤੁਰਿਆ ਹੁੰਦਾ ਸੀ ਵੱਡਾ ਭਗਤੀ ਕਰਨ ਵਾਲਾ। ਭਗਤੀ ਦਾ ਬਹੁਤ ਜ਼ੋਰ ਹੈ ਹਿੰਦੁਸਤਾਨ 'ਚ, ਭਗਤੀ ਦਾ ਇੰਨਾ ਜ਼ੋਰ ਆ ਵੀ ਹਿਸਾਬ ਹੀ ਕੋਈ ਨਹੀਂ, ਕਿਉਂਕਿ ਉਹਨਾਂ ਨੂੰ ਪਤਾ ਵੀ ਰੱਬ ਹੀ ਸਾਡੀ ਮਦਦ ਕਰ ਸਕਦਾ। ਜੇ ਸਮੈਕ ਲੰਘਾਉਣੀ ਹੋਵੇ ਬਾਰਡਰ ਤੋਂ, ਉਦੋਂ ਵੀ ਰੱਬ ਦਾ ਨਾਂ ਲੈ ਕੇ, ਪਾਣੀ ਬਹੁਤਾ ਪਾਉਣਾ ਥੋੜ੍ਹਾ ਪਾਉਣਾ ਉਹ ਵੀ ਕਿਹੜਾ ਨਾਂ ਲੈ ਕੇ, ਜੇ ਸੌਂ ਖਾਣੀ ਆ ਤਾਂ ਰੱਬ ਦਾ ਨਾਂ ਲੈ ਕੇ, ਅਤੇ ਜਿਹੜੇ ਨਹੀਂ ਲੈਂਦੇ ਅਤੇ ਜਿਹੜੇ ਲੈਂਦੇ ਨੇ ਉਹ ਤੁਰਿਆ ਹੁੰਦਾ ਸੀ, ਬੱਚੇ ਓਹਲੇ ਹੋਏ ਸੀ, ਅਤੇ ਉਹਨੇ ਸੋਚਿਆ ਵੀ ਇਹ ਰੁਪਈਏ ਨੂੰ ਮੈਂ ਕਿਸ ਤਰ੍ਹਾਂ ਚੁੱਕਾਂ। ਜੇ ਮੈਂ ਨੀਵੇਂ ਲੱਕ ਹੋਇਆ ਤਾਂ ਲੋਕਾਂ ਨੂੰ ਪਤਾ ਹੋਣਾ ਵੀ ਨੀਵਾਂ ਕਿਉਂ ਹੋਇਆ, ਅਤੇ ਜੇ ਮੈਂ ਇਹਨੂੰ ਪੈਰ ਨਾਲ ਗਾਂਹ ਨੂੰ ਰੇੜਿਆ ਤਾਂ ਇਹਨੇ ਆਵਾਜ਼ ਦੇਣੀ ਹੈ ਵੀ ਮੈਨੂੰ ਚੁੱਕ ਲੈਣ ਲੱਗਾ ਕੋਈ, ਅਤੇ ਕੀ ਕੀਤਾ ਜਾਏ? ਸੋਚ ਸਾਚ ਕੇ ਨਾ ਅਤੇ ਉਹ ਫਿਰ ਉੱਤੇ ਡਿੱਗ ਪਿਆ। ਵੀ ਡਿੱਗ ਹੀ ਪੈਂਦੇ ਹਾਂ। ਤੁਹਾਨੂੰ ਮੈਂ ਠਾਲਿਆ ਸੀ ਇੱਕ ਭਾਅ ਜੀ ਨੂੰ, ਰਾਜੂ, ਉਹਨਾਂ ਨੂੰ ਪੁੱਛ ਵੀ
ਸਵੇਰੇ ਵੀ ਬੰਦਗੀ ਕਰਦੇ ਹੈ ਅਤੇ ਤੁਸੀਂ ਇਹੋ ਹੀ ਕੰਮ ਕਰਦੇ ਸੀ, ਹੁਣ ਵੀ ਬੰਦਗੀ ਕਰਨੇ ਆ, ਹੁਣ ਵੀ ਇਹੋ ਕੰਮ, ਪਤਾ ਲੈ ਕੇ ਆ ਕੋਠੇ ਦੇ ਉੱਤੋਂ ਦੀ ਜਾ ਕੇ ਵੀ ਇਹ ਕੀ ਕੁਛ ਕਰ ਰਹੇ ਹੋ। ਆਹ ਨਾ ਚਿੱਪਰਾਂ ਵੀ ਡਿੱਗਣ ਡੀਆਂ ਕਈ ਵਾਰੀ, ਮੇਰੀ ਗੱਲ ਸੁਣ ਰਹੇ ਹੋ ਕੀ ਮੈਂ ਕਹਿਣ ਡਿਆ? ਇਹ ਡਿੱਗ ਪਿਆ, ਉਹਨੇ ਸੋਚਿਆ ਵੀ ਚਲੋ ਡਿੱਗੇ ਤਾਂ ਕੋਈ ਵੀ ਡਿੱਗ ਸਕਦਾ, ਮੈਂ ਕਿਹੜਾ ਇਕੱਲਾ ਡਿੱਗਿਆ, ਦੁਖੀ ਡਿੱਗ ਹੀ ਸਕਦੇ ਨੇ, ਤੂੰ ਡਿੱਗ ਕੇ ਨਾ ਤੂੰ ਉੱਠਦਾ ਨਹੀਂ ਅਤੇ ਰੁਪਈਆ ਖੁਰਚਣ ਡਿਆ ਦਾ ਹੀ। ਤਾਂ ਬੱਚਿਆਂ ਨੇ ਮਾਰਤੀ ਤਾਲੀ, ਕਹਿੰਦੇ ਬਾਬੂ ਜੀ ਉੱਠ ਜਾਓ, ਇਹ ਬੜੇ ਇਹਨੂੰ ਪੁੱਟਣ ਪਏ ਨੇ, ਇਹ ਨਹੀਂ ਪੁੱਟਿਆ ਗਿਆ, ਇਹ ਬਿਲਕੁਲ ਸੱਚ ਹਕੀਕਤ, ਲੈ ਕੇ ਕਿਸੇ ਨੇ ਨਹੀਂ ਜਾਣਾ ਨਾਲ। ਪਰ ਅੱਜ ਹਰ ਇੱਕ ਕਾਹਦੇ 'ਤੇ ਡਿੱਗਦਾ ਨਹੀਂ, ਡਿੱਗਦਾ ਕਾਹਦੇ 'ਤੇ ਹੈ? ਜਿਹੜਾ ਪੈਸੇ ਦੇ ਉੱਤੇ ਡਿੱਗ ਪਵੇ ਉਹਦਾ ਜ਼ਮੀਰ ਵੀ ਹੈ ਨਹੀਂ, ਉਹਦਾ ਇਮਾਨ ਵੀ ਹੈ ਨਹੀਂ, ਉਹਦਾ ਕੁਝ ਵੀ ਨਹੀਂ ਹੈ। ਮੈਨੂੰ ਕਿਸੇ ਨੇ ਕਿਹਾ ਕਿ ਤੁਸੀਂ ਇੰਨਾ ਕੁਝ ਹੋਸਨਾਂ ਵਿੱਚ ਬਣਾ ਦਿੱਤਾ ਆ, ਅਤੇ ਇਹ ਕਿਹੜੀ ਕਾਰਾਗਰੀ ਸੀ? ਹੋਏ ਵੀ ਸਾਰੇ 54 ਕੁ ਸਾਲ, 55 ਲੱਗਣਾ, ਅਤੇ 54 ਸਾਲਾਂ ਵਿੱਚ ਇੰਨੀ ਪ੍ਰਾਪਤੀ ਕਿੱਦਾਂ ਬਣਾ ਲਈ? ਮੈਂ ਕਿਹਾ ਮੈਂ ਬਣਾਈ, ਮੈਂ ਨਹੀਂ ਬਣਾਈ, ਖੁਦਾ ਨੇ ਬਣਵਾਈ ਹੈ। ਤਾਂ ਕਹਿੰਦੇ ਨੇ ਖੁਦਾ ਨੇ ਕਿੱਦਾਂ? ਮੈਂ ਕਿਹਾ ਵੀ ਖੁਦਾ ਨੇ ਇੱਕੋ ਗੱਲ ਕਹੀ ਸੀ, ਡਿੱਗਣਾ ਆ ਜਦੋਂ, ਉਹਦੇ ਕਦਮਾਂ ਵਿੱਚ ਡਿੱਗਣਾ। ਅਤੇ ਮੈਂ ਕਿਹਾ ਖੁਦਾ ਨੇ ਮੈਨੂੰ ਬਚਾ ਕੇ ਰੱਖਿਆ ਇਸ ਗੱਲ ਵਿੱਚ ਕਿ ਜਦੋਂ ਮੈਂ ਡਿੱਗਿਆ ਅਤੇ ਯਸੂ ਦੇ ਕਦਮਾਂ 'ਤੇ ਡਿੱਗਿਆ, ਅਤੇ ਮੈਂ ਪੈਸੇ 'ਤੇ ਨਾ ਡਿੱਗਿਆ ਅਤੇ ਨਾ ਡਿੱਗਾਂਗਾ। ਨਹੀਂ ਸਮਝੇ? ਬੋਲੋ, ਨਹੀਂ ਸਮਝੇ? ਹੁਣ ਇਹ ਤੁਸੀਂ ਦੇਖ ਲਓ, ਬੋਲੋ, ਲੱਖ ਕਮਾਲ ਹੈ, ਦੌਲਤ ਹੀਰੇ ਮੋਤੀ ਗਾਫਲ, ਯਾਦ ਰੱਖ ਕਫਨ ਕੋ ਜੇਬ ਨਹੀਂ ਹੋਤੀ। ਜੇ ਕਿਸੇ ਬੀਬੀ ਨੇ ਵੇਖਿਆ ਵੀ ਕਿਸੇ ਬਾਦਸ਼ਾਹ ਦੇ ਕਫਨ ਨੂੰ ਜਾਂ ਕਿਸੇ ਗਰੀਬ ਦੇ ਕਫਨ ਨੂੰ ਜਾਂ ਕਿਸੇ ਵੀ ਕਿਸੇ ਦੇ ਕਫਨ ਨੂੰ ਕਦੀ ਕਿਸੇ ਨੇ ਜੇਬ ਲਗਾਈ ਹੈ ਤਾਂ ਦੱਸੋ। ਨਹੀਂ, ਸੋਚ ਕੇ ਦੱਸੋ। ਹਾਂਜੀ, ਪੱਕਾ ਪਤਾ? ਫਿਰ ਵੀ ਅੱਜ ਹਰ ਆਦਮੀ, ਜਦੋਂ ਮੈਂ ਸ਼ੇਰ ਲਿਖਿਆ ਸੀ ਨਾ, ਦੌਲਤ ਰੱਬ ਹੈ ਇਸ ਦੁਨੀਆ ਦੀ, ਹੈ ਹਰ ਇੱਕ ਪੁਜਾਰੀ ਇਸੇ ਦਾ। ਕਿਹੜਾ ਪੁਜਾਰੀ? ਬੋਲੋ,
ਦਾਊਦ ਦਾ, ਦਾਊਦ ਕਿਹੜੇ ਦਾ? ਤੇ ਦੌਲਤ ਵੀ ਬੋਲਿਆ ਕਰੋ, ਲੱਤ ਵੀ ਬੋਲੋ ਨਾ ਨਾਲ ਪਿੱਛੇ, ਦੌਲਤ। ਕਹਿੰਦੇ ਨਹੀਂ ਕਰਾਂਗੇ, ਚਲੋ। ਹਾਂ ਮੈਂ ਕੀ ਕਿਹਾ, ਨਹੀਂ ਦੌਲਤ ਰੱਬ ਹੈ ਇਸ ਦੁਨੀਆ ਦੀ, ਹੈ ਹਰ ਪੁਜਾਰੀ ਇਸੇ ਦਾ। ਪੂਜਾ ਕਰਦੇ ਨੇ ਕਿ ਨਹੀਂ, ਕਰਦੇ ਨੇ ਕਿ ਨਹੀਂ? ਇੱਕ ਆਦਮੀ ਨੇ ਇੱਕ ਕਹਾਵਤ ਬਣਾਈ ਅਤੇ ਉਹਨੇ ਸੁਣਾਇਆ, ਅਤੇ ਕਹਾਵਤ ਕੀ ਸੀ? ਇੱਕ ਪੰਡਿਤ ਜੀ ਸੀ ਪੁਜਾਰੀ, ਭਾਵੇਂ ਗਿਰਜੇ ਦਾ ਲਾ ਲਓ, ਭਾਵੇਂ ਮੰਦਰ ਦਾ ਲਾ ਲਓ, ਭਾਵੇਂ ਮਸਜਿਦ ਦਾ ਲਾ ਲਓ, ਅਤੇ ਭਾਵੇਂ ਤੁਸੀਂ ਗੁਰਦੁਆਰੇ ਦਾ ਲਾ ਲਓ, ਪੰਡਿਤ, ਪੰਡਿਤ ਮੈਂ ਨਹੀਂ ਹੁੰਦਾ, ਗਿਆਨਵਾਨ। ਕਿਹੜਾ ਗਿਆਨਵਾਨ? ਜਿਹਨੇ ਬ੍ਰਹਮ ਦਾ ਗਿਆਨ ਪਾਇਆ, ਰੱਬ ਦਾ ਗਿਆਨ ਪਾਇਆ, ਉਹਨੂੰ ਪੰਡਿਤ ਕਹਿੰਦੇ ਨੇ। ਅਤੇ ਉਹਨੇ ਪੰਡਿਤ ਜੀ, ਉਹ ਜਦੋਂ ਤੁਰਿਆ ਹੁੰਦਾ ਆ ਅਤੇ ਮੰਦਾ ਸੀਗਾ, ਮੰਦਾ, ਕਈ ਲੋਕ ਕਹਿੰਦੇ ਦੁਆ ਕਰ ਦਿਓ ਮੁੰਡਾ ਬਾਹਰ ਚਲ ਜੇ। ਦੁਆ ਹੋ ਗਈ ਜੀ, ਮੁੰਡਾ ਬਾਹਰ ਚਲੇ ਗਿਆ। ਕਹਿੰਦੇ ਦੁਆ ਕਰੋ ਥੋੜ੍ਹੀ ਥੋੜ੍ਹਾ ਜਿਹਾ ਹੋਰ ਗਾਂਹ ਹੋ ਜਾਏ। ਅਤੇ ਮੈਂ ਆਖਿਆ ਵੀ ਹੋਰ ਗਾਂਹ ਕਿਉਂ ਕਰਾਉਂਦੇ ਹੋ? ਉਹ ਜਿੱਥੇ ਕੁ ਜੇ ਪਹੁੰਚਿਆ ਨਾ ਉੱਥੇ ਕੁ ਜੇ ਪੂਰਾ ਨਹੀਂ ਮਿਲਦਾ, ਥੋੜ੍ਹਾ ਜਿਹਾ ਹੋਰ ਗਾਂਹ ਕਰਾ ਦਿਓ। ਚਲੋ ਜੀ ਗਾਂਹ ਹੋ ਗਿਆ, ਪਹੁੰਚ ਗਿਆ ਜੀ, ਹੁਣ ਤਾਂ ਗਾਂਹ ਵੀ ਚਲਾ ਗਿਆ। ਇਹ ਦੁਆ ਕਰੋ ਵੀ 2 ਮਹੀਨੇ ਹੋ ਗਏ ਨੇ, ਨਾ ਪੈਸੇ ਘੱਲਦਾ ਨਾ ਆਪ ਆਉਂਦਾ। ਸਾਰੀ ਜ਼ਿੰਦਗੀ ਵੀ ਪੁੱਤਰ ਬਾਹਰ ਰਵੇ ਤਾਂ ਮਾਂ ਬਾਪ ਖੁਸ਼ ਹੁੰਦਾ। ਬੋਲੋ 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 ਬੋਲੋ, ਜਿੰਨਾ ਚਿਰ ਸੱਚ ਨਾ ਬੋਲੇ, ਮੈਂ ਇੱਥੋਂ ਤੱਕ ਹੀ ਬੋਲੀ ਜਾਣਾ ਮੈਂ ਬਸ। ਬੋਲੋ 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 ਬੋਲੋ, ਫਿਰ ਬੋਲੋ, ਫਿਰ ਬੋਲੋ, ਫਿਰ ਬੋਲੋ। ਨਹੀਂ ਪੈਸਾ ਹੀ ਚਾਹੀਏ, ਸਹੀ ਬੋਲੋ। ਜਾਂ ਤਾਂ ਪੁੱਤਰ ਆ ਜੇ, ਅਤੇ ਜਾਂ ਫਿਰ ਆਪ ਨਾ ਆਵੇ, ਕੋਈ ਗੱਲ ਹੀ ਨਹੀਂ, ਪਰ ਮਾਲ ਤਾਂ ਆਉਣਾ ਚਾਹੀਦਾ ਨਾ। ਜਿੱਦਣ ਬੋਲੋ, ਜਿੱਦਣ ਮੈਂ ਜਾਣਾ ਉਦਣ ਚੀਜ਼ਾਂ ਵੰਡ ਲੈਣੀਆਂ ਨੇ, ਪਰ ਮੈਂ ਰੱਬ ਨੂੰ ਨਹੀਂ ਦੇਣੀਆਂ, ਰੱਬ ਨੂੰ ਨਹੀਂ ਦੇਣੀਆਂ, ਰੱਬ ਨੂੰ ਨਹੀਂ ਦੇਣੀਆਂ। ਅਤੇ ਜਿੰਨਾ ਪੁੱਛਿਆ ਨਹੀਂ ਉਹਨਾਂ ਨੇ ਆਪੇ ਵੰਡ ਲੈਣੀ ਹੈ। ਇਹਨੂੰ ਬੱਚੇ ਨੂੰ, ਉਹਨੂੰ ਪਾਣੀ ਨਹੀਂ ਦੇ ਰਹੇ ਬੱਚੇ ਨੂੰ, ਨਾ ਪਾਣੀ ਦਿੰਦੇ ਹੋ ਬੱਚੇ ਨੂੰ ਅਤੇ ਨਾ ਬੱਚੇ ਨੂੰ ਦੁੱਧ ਦਿੰਦੇ ਹੋ, ਬੱਚੇ ਦਾ ਕੀ ਕਸੂਰ ਹੈ? ਅਗਲਾ ਚੁੱਪ ਹੋ ਗਿਆ।
ਮੈਂ ਕੀ ਕਹਿਣ ਡਿਆ ਨਾ, ਨਹੀਂ ਵੰਡਣਗੇ ਨਾ। ਹੁਣ ਤੁਹਾਡੇ ਲਈ ਮੁਸ਼ਕਲ ਹੈ ਵੀ ਆਪਣਾ ਘਰ ਸਾਰਾ ਰੱਬ ਨੂੰ ਦੇ ਦਿਓ, ਬਹੁਤ ਮੁਸ਼ਕਲ ਹੈ। ਜੇ ਦੇ ਦਿਓਗੇ ਤਾਂ ਉਹਨਾਂ ਤੁਹਾਨੂੰ ਘਰੋਂ ਕੱਢ ਦੇਣਾ, ਅਤੇ ਜੇ ਦੇ ਦਿੱਤਾ ਤਾਂ ਘਰੋਂ ਕੱਢ ਦੇਣਗੇ, ਅਤੇ ਨਹੀਂ ਦਿੱਤਾ ਤਾਂ ਮਗਰੋਂ ਆਪੇ ਵੰਡ ਲੈਣਗੇ ਜਾਂ ਨਹੀਂ ਵੰਡਣਗੇ। ਯਾਰ ਮੈਂ ਕਿਹੜਾ ਵੰਡਾਉਣ ਡਿਆ, ਬੋਲੋ ਤਾਂ ਸਹੀ, ਹੈਂ ਬੋਲੋ। ਤੁਹਾਡੇ ਵੀ ਪੁੱਤਰ ਕਿੰਨੇ ਨੇ? ਤਿੰਨ। ਅਤੇ ਇੱਕ ਹਿੱਸਾ ਤੁਹਾਡਾ ਅਤੇ ਤਿੰਨ ਹਿੱਸੇ ਉਹਨਾਂ ਦੇ, ਕਿੰਨੇ ਹੋ ਗਏ? ਚਾਰ। ਪਹਿਲਾਂ ਸੀ ਇੱਕ ਹਿੱਸਾ ਤੁਹਾਡਾ ਅਤੇ ਤੁਹਾਡੇ ਭਾਪੇ ਦਾ, ਅਤੇ ਹੁਣ ਹੋ ਗਏ ਚਾਰ। ਅਤੇ ਉਹਨਾਂ ਦੇ ਬੱਚੇ ਕਿੰਨੇ? ਆਹੋ ਬੇਟਾ ਇੱਕ, ਉਹ ਭਰਾ ਤਿੰਨਾਂ ਦਾ ਇੱਕ ਇੱਕ, ਅਤੇ ਤਿੰਨ ਉਹ ਵੀ ਪਾ ਲਓ। ਹੁਣ ਕਿੰਨੇ ਹਿੱਸੇ ਹੋ ਗਏ? ਸੱਤ। ਅਤੇ ਰੱਬ ਰਹਿਮ ਕਰੇ, ਗਾੜੀ ਕਿਹੜਾ ਕੰਮ ਮੁੱਕ ਗਿਆ? ਐਂਡ ਤੁਹਾਡਾ ਇਹੋ ਹੀ ਹੋਣਾ, ਇਹ ਹੈ ਤੇਰੀ ਔਕਾਤ। ਔਕਾਤ ਉਹ ਬੰਦੇ, ਇਹ ਹੈ ਤੇਰੀ ਔਕਾਤ, ਤੈਨੂੰ ਕਿਸੇ ਬਿਨਾਂ ਮਤਲਬ ਰੱਖਣਾ ਨਹੀਂ ਰਾਤ। ਫਿਰ ਵੀ ਤਾਂ ਕਰਕੇ ਲਿਖਿਆ ਸੀ, ਦੌਲਤ ਰੱਬ ਹੈ ਇਸੇ ਦੁਨੀਆ ਦੀ, ਹੈ ਹਰ ਪੁਜਾਰੀ ਇਸ ਦਾ। ਮੈਂ ਵੀ ਪੁਜਾਰੀਆਂ 'ਚ ਹੁੰਦਾ। ਮੈਂ ਪਹਿਲਾਂ ਕੀ ਕਰਦਾ ਹੁੰਦਾ ਸੀ, ਜਦੋਂ ਮੈਂ ਕਿਸੇ ਨੇ ਚੰਦਾ ਦੇਣਾ ਵੱਧ, ਭੋਜਨ ਹੋਣਾ ਵੱਧ, ਭੋਜਨ ਵਧੀਆ ਜਿਹਾ ਹੋਣਾ, ਅਤੇ ਉਦੋਂ ਫਿਰ ਗੀਤ ਗਾਉਣਾ। ਸਾਡੇ ਵੱਡੇ ਵੀ ਗੀਤ ਗਾਉਂਦੇ ਹੁੰਦੇ ਸੀ, ਮੇਰਾ ਪਾਪਾ ਵੀ ਗਾਉਂਦਾ ਸੀ, ਪਾਗਲਾਮ ਜਿਹੜਾ ਸਾਡਾ ਵੀਰ ਆ ਵੱਡਾ, ਉਹਦਾ ਪਾਪਾ ਵੀ ਲਾਲਾ ਗੰਗੂ ਜੀ, ਉਹ ਵੀ ਗੀਤ ਗਾਉਂਦੇ ਹੁੰਦੇ ਸੀ। ਮੋਤੀ ਕਾਗਾਂ ਦੇ ਚੁਗਣ ਨੂੰ ਭੇਜਦਾ ਯਸੂ ਦੀਆਂ ਮਿਹਰਬਾਨੀਆਂ, ਅਤੇ ਜਿੱਥੇ ਕਹਿੰਦੇ ਕੰਜੂਸੀ ਕਰਨੀ, ਦਾਲ ਪਕਾਉਣੀ ਅਤੇ ਕੁਛ ਪਕਾਉਣਾ, ਉੱਥੇ ਫਿਰ ਗੀਤ ਗਾਉਣਾ। ਓਏ ਕਿਉਂ ਧਨ ਜੋੜਨਾ ਏ, ਸਭ ਕੁਛ ਦੁਨੀਆਂ 'ਤੇ ਛੱਡ ਜਾਣਾ। ਅਤੇ ਮੈਂ ਵੀ ਇਸ ਤਰ੍ਹਾਂ ਦੀ ਦੁਆ ਸਿੱਖੀ ਸੀ ਵੀ ਜਿਸ ਕਿਸੇ ਨੇ ਵਧੀਆ ਭੋਜਨ ਦੇਣਾ ਅਤੇ ਉਹਦੀ ਦੁਆ ਹੋਰ ਤਰ੍ਹਾਂ ਕਰਨੀ, ਅਤੇ ਜਿੰਨੇ ਭੋਜਨ ਮਾੜਾ ਜਿਹਾ ਸਵਾਦਲਾ ਜਿਹਾ ਨਾ ਹੋਣਾ, ਉੱਥੇ ਦੁਆ ਹੋਰ ਤਰ੍ਹਾਂ ਦੀ ਕਰਨੀ। ਚੰਦਾ ਜਿੰਨੇ ਬਹੁਤਾ ਦਿੱਤਾ ਮੁੱਠ ਭਰ ਕੇ, ਅਤੇ ਉਹਦੇ ਲਈ ਦੁਆ ਹੋਰ, ਅਤੇ ਜਿੰਨੇ ਥੋੜ੍ਹਾ ਜਿਹਾ ਮਰੋੜ ਮਰਾੜ ਕੇ ਦਿੱਤਾ ਅਤੇ ਉਹਦੇ ਲਈ ਦੁਆ ਹੋਰ। ਇਹ ਮੈਨੂੰ ਫਿਰ ਖੁਦਾ ਨੇ ਸਿਖਾਇਆ ਵੀ ਇਹ ਤੇਰੇ ਜਿੰਨਾ ਲਾਲਚੀ ਬੰਦਾ ਹੀ ਕੋਈ ਨਹੀਂ, ਅਤੇ ਦੁਆ ਕਰਨੀ ਆ ਨਾ ਅਤੇ ਚੰਦਾ ਦੇਖ ਕੇ ਨਾ ਦੁਆ ਕਰਿਆ ਕਰ, ਟੋ ਕੇ ਨਾ ਦੁਆ ਕਰਿਆ ਕਰ, ਸਿਰਫ ਉਸੇ ਲਈ ਦੁਆ ਕਰਨੀ ਆ
ਕਿ ਖੁਦਾਵੰਦ ਤੇਰੇ ਜਲਾਲ ਦੇ ਲਈ ਇਸਤੇਮਾਲ ਹੋਵੇ। ਸਮਝ ਗਏ ਮੇਰੀ ਗੱਲ? ਅਤੇ ਇਹ ਮੈਂ ਬੜੀਆਂ ਤੁਹਾਨੂੰ ਉਦਾਹਰਨਾਂ ਆਪਣੀ ਜ਼ਿੰਦਗੀ ਦੀਆਂ ਦਿੱਤੀਆਂ ਨੇ, ਜ਼ਿੰਦਗੀ ਦੀਆਂ। ਇਸ ਵਾਸਤੇ ਇੱਕ ਜਗ੍ਹਾ ਮੈਂ ਬੱਸ ਸਟੈਂਡ 'ਤੇ ਖੜ੍ਹਾ ਸੀ ਅਤੇ ਬੱਸ ਇੰਤਜ਼ਾਰ ਕਰਦਾ ਸੀ ਅਤੇ ਪੈਸਾ ਜੇਬ 'ਚ ਕੋਈ ਨਹੀਂ ਸੀ ਅਤੇ ਮੈਂ ਕਿਹਾ ਚਲੋ ਕਹਾਂਗੇ ਕੰਡਕਟਰ ਨੂੰ ਵੀ ਮੈਨੂੰ ਉੱਥੋਂ ਤੱਕ ਜਾਣਾ ਯਾਰ ਲੈ ਚੱਲ, ਅਤੇ ਪੈਸਾ ਜੇਬ 'ਚ ਕੋਈ ਨਹੀਂ ਸੀ ਅਤੇ ਕੁਦਰਤੀ ਉਹ ਘਰ ਵਾਲਾ ਉੱਤਰ ਆਇਆ ਅਤੇ ਮੈਂ ਖੁਸ਼ ਹੋ ਗਿਆ। ਉਹਨੇ ਛੇਤੀ ਨਾਲ ਮੁੱਠ ਭਰ ਕੇ ਅਤੇ ਫੜਾ ਦਿੱਤੀ ਅਤੇ ਮੈਂ ਇੱਕ ਹੱਥ ਉਹਨੂੰ ਭਰਿਆ ਸੀ ਰਾਡ ਨੂੰ ਅਤੇ ਇੱਕ ਹੱਥ ਨਾਲ ਮੈਂ ਦੁਆ ਕੀਤੀ, ਖੁਦਾਵੰਦਾ ਇਹਨੂੰ ਬਹੁਤ ਬਹੁਤ ਬਰਕਤਾਂ ਦੇ, ਜਿੰਨਾ ਕੁ ਚਿਰ ਬੱਸ ਤੁਰੀ ਨਹੀਂ ਨਾ ਅਤੇ ਮੈਂ ਮੰਗਦਾ ਰਿਹਾ। ਹੈਲੋ, ਕੀ ਮੈਂ ਕਿਹਾ? ਕੀ ਮੰਗਦਾ ਰਿਹਾ? ਕਿਉਂਕਿ ਮੁੱਠ ਭਰ ਦਿੱਤੀ ਸੀ ਉਹਨੇ, ਹੁਣ ਕੋਈ ਕਰਨਾ ਤਾਂ ਆਇਆ ਸੀ ਨਾ। ਅਤੇ ਜਿਸ ਵੇਲੇ ਮੈਂ ਇਤਰਾ ਜੇਬ 'ਚ ਭਾ ਲਿਆ, ਗੱਡੀ 'ਚ ਬਹਿ ਗਿਆ ਬੱਸ 'ਤੇ, ਡਰਾਈਵਰ ਆ ਗਿਆ, ਕੰਡਕਟਰ ਆ ਗਿਆ ਅਤੇ ਉਹ ਕਹਿੰਦਾ ਟਿਕਟ ਟਿਕਟ ਟਿਕਟ, ਅਤੇ ਮੈਂ ਕੱਢੀ ਜੇਬ 'ਚੋਂ ਅਤੇ ਸਾਰੀਆਂ ਟਿਕਟਾਂ ਉਹ ਵੀ ਉਹਨੇ ਭੁਲੇਖੇ ਨਾਲ ਦੇ ਦਿੱਤੀਆਂ। ਜਿੱਧਰ ਪੈਸੇ ਸੀ ਨਾ ਉੱਧਰ ਉਹਦਾ ਹੱਥ ਨਹੀਂ ਗਿਆ, ਜਿਹੜੀਆਂ ਟਿਕਟਾਂ ਸੀ ਨਾ ਉਹਨਾਂ ਵਾਲਾ ਹੱਥ ਚਲੇ ਗਿਆ। ਨਹੀਂ ਸਮਝੇ? ਅਤੇ ਮੈਂ ਕਾਹਦੇ ਲਈ ਦੁਆ ਕੀਤੀ? ਮੁੱਠ ਭਰਨ 'ਤੇ। ਇਹ ਨਹੀਂ ਸੀ ਪਤਾ ਮੁੱਠ 'ਚ ਕੀ ਹੈ। ਬਸ ਫਿਰ ਮੈਂ ਖੁਦਾ ਨੇ ਕਿਹਾ ਦੁਆ ਇੰਨੀ ਲੰਮੀ ਕੀਤੀ ਅਤੇ ਹੁਣ ਲੈ ਟਿਕਟਾਂ ਦੀਆਂ ਟਿਕਟਾਂ। ਅਤੇ ਮੈਂ ਪਰੇਸ਼ਾਨ ਜਿਹਾ ਹੋ ਗਿਆ। ਕੰਡਕਟਰ ਸਾਹਿਬ ਕਹਿੰਦੇ ਨੇ ਕੀ ਗੱਲ ਹੈ, ਪਰੇਸ਼ਾਨ ਹੋ ਗਏ ਯਕਦਮ ਹੀ। ਮੈਂ ਕਿਹਾ ਭਰਾਵਾ ਚੰਦਾ ਮੈਂ ਦੇਣਾ, ਮੈਂ ਤਾਂ ਸੇਵਕ ਹਾਂ, ਚੰਦਾ ਦੇ ਗਿਆ ਜਾਂ ਜਿਹੜਾ ਉਤਰਿਆ ਅਤੇ ਉਹ ਸਾਰੀਆਂ ਪੁਰਾਣੀਆਂ ਟਿਕਟਾਂ ਮੈਨੂੰ ਦੇ ਗਿਆ। ਕਹਿੰਦਾ ਇਹ ਨਹੀਂ ਗੀਆਂ ਚੱਲਣੀਆਂ। ਅਤੇ ਮੈਂ ਕਿਹਾ ਨਵੀਂ ਹੁਣ ਤੂੰ ਦੇ ਸਕਦਾ ਅਤੇ ਮੇਰੇ ਕੋਲ ਧਿਆਨ ਨਹੀਂ ਕੁਛ ਵੀ। ਕੋਈ ਗੱਲ ਨਹੀਂ, ਕਰ ਲੈਂਦੇ ਖੜਾ, ਕਰ ਲੈਂਦੇ। ਹੁਣ ਆਪੀ ਦੱਸੋ ਦੁਨੀਆ ਪੁਜਾਰੀ ਆ ਜਾਂ ਨਹੀਂ? ਪੁਜਾਰੀ ਆ ਕਿ ਨਹੀਂ? ਇਸ ਵਾਸਤੇ ਰੱਬ ਨੇ ਬਚਾ ਕੇ ਰੱਖਿਆ। ਜਦੋਂ ਵੀ ਮੈਂ ਡਿੱਗਿਆ ਤਾਂ ਯਿਸੂ ਦੇ ਚਰਨਾਂ ਵਿੱਚ ਡਿੱਗਿਆ, ਪੈਸੇ ਦੇ ਉੱਤੇ ਨਹੀਂ ਮੈਂ ਡਿੱਗਾ। ਸੁਣਦੇ ਫਿਰ ਸਮਝੋ, ਗਰੀਬ ਦਾ ਜਨਾਜ਼ਾ ਵੀ ਹੋਰ ਤਰ੍ਹਾਂ ਦਾ, ਅਮੀਰ ਦਾ ਜਨਾਜ਼ਾ ਵੀ ਹੋਰ ਤਰ੍ਹਾਂ ਦਾ। ਲਾਜ਼ਰ ਗਰੀਬ ਸੀ, ਉਹਦਾ ਜਨਾਜ਼ਾ ਕਿਸੇ ਨੇ ਕੀਤਾ ਹੀ ਨਹੀਂ ਅਤੇ ਅਮੀਰ ਆਦਮੀ ਦੇ ਉੱਤੇ ਦੁਆਵਾਂ ਹੀ ਇੰਨੀਆਂ ਹੋਈਆਂ ਕਿ ਉਹ ਵਿਚਾਰਾ ਪਹੁੰਚ ਗਿਆ ਸੀ ਨਰਕ 'ਚ ਅਤੇ ਦੁਆਵਾਂ ਅਜੇ ਤੱਕ ਹੋਣ ਡਈਆਂ ਨੇ, ਅਜੇ ਵੀ ਹੋਣ ਡਈਆਂ ਨੇ। ਕਿਹਦੇ ਲਈ ਬੋਲੋ? ਅਮੀਰ ਆਦਮੀ ਦੇ ਲਈ।
ਮੇਰੇ ਕਹਿਣ ਦਾ ਭਾਵ ਇਹਨੂੰ ਸਮਝਣ ਦੀ ਕੋਸ਼ਿਸ਼ ਕਰ ਲਓ। ਲੜਕੀ ਲੜਕਾ ਮੰਗਣ ਜਾਂਦੇ ਨੇ ਕਿ ਨਹੀਂ? ਅਤੇ ਲੜਕੀ ਨੇ ਜਿੱਥੇ ਵਿਆਹੀ ਜਾਣਾ ਉਹਨਾਂ ਦਾ ਮਕਾਨ ਤਾਂ ਨਹੀਂ ਵੇਖਦੇ? ਜੀ ਬੋਲੋ, ਦੇਖਦੇ ਹਨ। ਕਿਉਂ? ਤੁਸੀਂ ਮਕਾਨ ਵੇਖ ਕੇ ਰਿਸ਼ਤਾ ਕੀਤਾ ਅਤੇ ਮੁੰਡਾ ਥੋੜ੍ਹਾ ਜਿਹਾ ਮਜਾਜ ਵਿੱਚ ਆ ਗਿਆ ਤਾਂ ਕਹਿੰਦਾ ਇੱਥੋਂ ਨਿਕਲ ਜਾ, ਤੇਰੇ ਪਿਓ ਦਾ ਘਰ ਨਹੀਂ। ਨਹੀਂ ਕਹਿੰਦੇ? ਫਿਰ ਤੈਨੂੰ ਘਰ ਵੇਖਣ ਦਾ ਕੀ ਫਾਇਦਾ ਸੀ? ਤੂੰ ਕਦੇ ਮੁੰਡਾ ਵੇਂਦੇ ਤਾਂ ਕਿੰਨਾ ਚੰਗਾ ਸੀ। ਕਹਿੰਦੇ ਨੇ ਇਹਦੇ ਜਿੰਨਾ ਅਮੀਰ ਹੀ ਕੋਈ ਨਹੀਂ ਮੁੰਡੇ ਜਿੰਨਾ, ਬੜਾ ਵੱਡਾ ਅਮੀਰ ਆ, ਬਹੁਤ ਵੱਡਾ ਅਮੀਰ ਆ, ਰਾਜ ਹੀ ਬੜਾ ਵੱਡਾ ਆ, ਰਾਜ ਬਹੁਤ ਵੱਡਾ ਆ, ਰਾਜ ਕਰੇਗੀ ਕੁੜੀ ਸਾਡੀ। ਅਤੇ ਉਹ ਫਿਰ ਕੁੜੀ ਨੂੰ ਉਹਨਾਂ ਨੇ ਇੱਕੋ ਹੀ ਦਾਅ ਦੇ ਵਿੱਚ ਹਰਾ ਦਿੱਤਾ ਜੁਆਰੀਆਂ ਨੇ। ਨਹੀਂ ਯਾਰ, ਬੋਲਣਾ ਤਾਂ ਨਾ ਬੋਲੋ, ਨਹੀਂ ਮੇਰਾ ਕੀ ਕਸੂਰ ਆ? ਅਤੇ ਬੋਲੋ ਫਿਰ, ਦ੍ਰੋਪਦੀ ਨੂੰ ਹਰਾਇਆ ਕਿ ਨਹੀਂ? ਕਾਹਦੇ ਵਿੱਚ? ਜੂਏ 'ਚ। ਬੋਲੋ, ਕਾਹਦੇ ਵਿੱਚ? ਮੈਂ ਆਪਣੀਆਂ ਅੱਖਾਂ ਨਾਲ ਵੇਖਿਆ, ਬੜੀ ਖੂਬਸੂਰਤ ਲੜਕੀ ਜਵਾਰੀਏ ਨੇ ਆਪਣੀ ਘਰ ਵਾਲੀ ਬੀਵੀ ਦਾਅ 'ਤੇ ਲਾ ਦਿੱਤੀ ਤਾਂ ਬੀਵੀ ਅਗਲਿਆਂ ਨੇ ਜਿੱਤ ਲਈ ਤਾਂ ਬੀਵੀ ਲੈ ਕੇ ਚਲੇ ਗਏ। ਇਹ ਤੁਸੀਂ ਸੰਗਤਪੁਰੋਂ ਹੋ ਕੇ ਆਏ, ਉੱਥੋਂ ਦਾ ਵਾਕਿਆ ਜੀ, ਸਾਨੂੰ ਚੇਤਾ ਰੱਖਣਾ ਪੈਂਦਾ ਨਾ। ਹੁਣ ਬੋਲੋ, ਖੁਦਾ ਨੇ ਰਾਹ ਵਿੱਚ ਦੀ ਆਉਣਾ ਆ। ਬੋਲੋ ਬੋਲੋ, ਫਿਰ ਬੋਲੋ, ਰਾਹ ਇੱਕੋ ਹੀ ਆ। ਬੋਲੋ, ਰਾਹ ਇੱਕੋ ਹੀ ਆ। ਯਸੂ ਮਿਲਿਆ ਅਤੇ ਰੱਬ ਮਿਲਿਆ ਅਤੇ ਯਸੂ ਵਿੱਚ ਮਿਲਿਆ, ਖੁਦਾ ਮਿਲਿਆ ਅਤੇ ਯਸੂ ਵਿੱਚ ਹੀ ਮਿਲਿਆ। ਹੋਰ ਕੋਈ ਥਾਂ ਨਹੀਂ ਜਿੱਥੇ ਮਿਲ ਸਕਦਾ ਆ, ਨਾ ਸੀ ਨਾ ਹੈ ਨਾ ਹੋ ਸਕਦਾ ਹੈ। ਤਾਂ ਕਰਕੇ ਖੁਦਾ ਯਸੂ ਵਿੱਚ ਹੋ ਕੇ, ਇਹ ਸੀ ਸਭ ਤੋਂ ਆਲਾ ਚੀਜ਼ ਅਤੇ ਕੀਮਤੀ ਚੀਜ਼। ਤੁਸੀਂ ਉੱਥੋਂ ਤੱਕ ਹੀ ਪੜ੍ਹਿਆ, ਕਿਰਪਾ ਦੀ ਸੱਚਾਈ ਲੈ ਕੇ ਆਇਆ, ਅਤੇ ਇਹ ਵੀ ਵੇਖ ਲਿਆ ਕਰੋ ਨਾ, ਰੱਬ ਵੀ ਲਿਖੇ ਹੋਇਆ ਤੇਰੇ ਲਈ। ਹੁਣ ਤਾਂ ਨਹੀਂ ਭੁੱਲੋਗੇ, ਇਹ ਪੁਰਾਣੀ ਗੱਲ ਹੀ ਆ ਨਾ। ਠੀਕ ਹੈ, ਜਿਹੜਾ ਸਬਕ ਬੋਲੋ ਹਰ ਰੋਜ਼ ਸਕੂਲ 'ਚ ਪੜ੍ਹਾਇਆ ਜਾਏ, ਇੱਕੋ ਹੀ ਸਬਕ, ਉਹ ਨਾ ਸਕੂਲ ਆ ਅਤੇ ਨਾ ਉੱਥੇ ਕੋਈ ਮਾਸਟਰ ਹੈ। ਸਕੂਲ ਵੀ ਹਰ ਰੋਜ਼ ਸਬਕ ਨਵਾਂ ਮਿਲੇ ਅਤੇ ਮਾਸਟਰ ਵੀ ਐਸਾ ਹੋਵੇ ਜਿਹੜਾ ਸਬਕ ਦਾ ਭੇਤ ਖੋਲ੍ਹ ਕੇ ਵਿਖਾ ਦੇਵੇ। ਹੁਣ ਉਹਨੇ ਕਿਹਾ ਮੇਰੇ ਹੱਥ ਵਿੱਚ ਲਾਠੀ ਆ, ਉਹਨੇ ਹੱਥ ਵੇਖਿਆ ਸਾਰਾ ਕੁਛ, ਅਤੇ ਉਹ ਸਮਝ ਗਿਆ ਵੀ ਹੁਣ ਮੈਨੂੰ ਜਾਣਾ ਪੈਣਾ ਹੈ। ਤਾਂ ਉਸਨੇ ਕਿਹਾ ਬੋਲੋ,
ਮੈਂ ਖੁਦਾ ਨੇ ਕਿਹਾ, ਖੁਦਾ ਨੇ ਮੈਂ ਯਹੋਵਾ ਆ, ਮੈਂ ਤੇਰੇ ਨਾਲ ਜਾਵਾਂਗਾ, ਨਾਲ ਜਾਵਾਂਗਾ, ਨਾਲ ਹੀ ਰਵਾਂਗਾ ਜਿੰਨਾ ਚਿਰ ਕਨਾਨ ਵਿੱਚ ਨਾ ਪਹੁੰਚ ਜਾਣ। ਤੁਸੀਂ ਵੀ ਯਸੂ ਨੇ ਉਹਨਾਂ ਚਿਰ, ਖੁਦਾ ਨੇ ਉਹਨਾਂ ਚਿਰ ਤੁਹਾਡੇ ਨਾਲ ਰਹਿਣਾ। ਯਸੂ ਵਾਲਿਓ, ਤੁਹਾਡੇ ਨਾਲ ਵੀ ਖੁਦਾ ਨੇ ਉਹਨਾਂ ਚਿਰ ਰਹਿਣਾ ਆ ਜਿੰਨਾ ਚਿਰ ਤੁਸੀਂ ਸਿਯੋਨ ਅਤੇ ਯਰੂਸ਼ਲਮ ਦੇ ਵਿੱਚ ਨਾ ਪਹੁੰਚ ਜਾਓ। ਵੇਖ ਲਈਏ ਵੀ ਖੁਦਾ ਨਾਲ ਹੁੰਦਾ ਵਾਕਿਆ ਹੀ। ਰਸੂਲਾਂ ਦੇ ਕਿਤਾਬ 10 ਬਾਬ ਦੀ 38 ਐਤ ਪੜ੍ਹੋ। ਬੋਲੋ, ਖੁਦਾ ਕਿਹਦੇ ਸਾਥ ਸੀ? ਲਓ ਨਹੀਂ, ਗੱਲ ਤੁਹਾਡੇ ਫਿੱਟ ਨਹੀਂ ਬੈਠੀ, ਤੁਹਾਡੇ ਗੱਲ ਫਿੱਟ ਨਹੀਂ ਬੈਠੀ, ਕਿਉਂਕਿ ਤੁਹਾਨੂੰ ਸੁਣਨ ਦੀ ਨਹੀਂ ਪਤਾ ਲੱਗਿਆ, ਸੁਣਿਆ ਨਹੀਂ। ਬੋਲੋ, ਖੁਦਾ ਨੇ ਆਪਣੇ ਬੇਟੇ ਨੂੰ ਯਸੂ ਮਸੀਹ ਨੂੰ ਕਿਸ ਤਰੀਕੇ ਨਾਲ ਮਸਾ ਕੀਤਾ? ਕਾਹਦੇ ਨਾਲ? ਰੂਲ ਕੁਦਸ ਨਾਲ ਅਤੇ ਕੁਦਰਤ ਨਾਲ ਮਸਾ ਕੀਤਾ। ਉਹ ਭਲਾਈ ਕਰਦਾ ਫਿਰਿਆ ਉਹਨਾਂ ਨੂੰ ਜਿਹੜੇ ਸ਼ੈਤਾਨ ਦੇ ਹੱਥੋਂ ਜ਼ੁਲਮ ਉਠਾਉਂਦੇ ਸਨ, ਚੰਗਾ ਕਰਦਾ ਫਿਰਿਆ, ਕਿਉਂਕਿ ਖੁਦਾ ਉਹਦੇ ਨਾਲ ਸੀ। ਯਸੂ ਨੂੰ ਵੀ ਜ਼ਰੂਰਤ ਆ ਵੀ ਬਾਪ ਖੁਦਾ ਉਹਦੇ ਨਾਲ ਨਾਲ ਰਹੇ। ਹੁਣ ਬੋਲੋ, ਯੂਹੰਨਾ 15 ਬਾਬ ਦੀ 5 ਐਤ, ਯਸੂ ਮਸੀਹ ਨੇ ਕਿਹਾ, ਮੇਰੇ ਤੋਂ ਵੱਖਰੇ ਹੋ ਕੇ ਤੁਸੀਂ ਕੁਛ ਨਹੀਂ ਕਰ ਸਕਦੇ। ਮੇਰੇ ਨਾਲ ਖੁਦਾ ਸੀ, ਮੈਂ ਉਹਦੀ ਮਰਜ਼ੀ ਨੂੰ ਪੂਰਾ ਕਰ ਸਕਿਆ, ਤੁਸੀਂ ਵੀ ਮੇਰੇ ਨਾਲ ਹੋਵੋਗੇ, ਤੁਸੀਂ ਵੀ ਮੇਰੀ ਮਰਜ਼ੀ ਨੂੰ ਪੂਰਾ ਕਰੋਗੇ, ਤੇ ਫਿਰ ਮੇਰੀ ਨਹੀਂ ਉਹ ਖੁਦਾ ਦੀ ਮਰਜ਼ੀ ਹੋਵੇਗੀ। ਖੁਦਾ ਨੇ ਕਿਹਾ, ਬੋਲੋ, ਮੂਸਾ ਨੂੰ, ਮੈਂ ਇਬਰਾਹਿਮ, ਇਸਹਾਕ, ਯਾਕੂਬ ਉੱਤੇ ਖੁਦਾਏ ਕਾਦਰ ਦੇ ਨਾਮ ਵਿੱਚ ਪ੍ਰਗਟ ਹੋਇਆ।
ਪਰ ਯਹੋਵਾ ਦੇ ਨਾਮ ਵਿੱਚ ਨਹੀਂ। ਅਤੇ ਹੁਣ ਮੈਂ ਯਹੋਵਾ ਦੇ ਨਾਮ ਦੇ ਵਿੱਚ, ਯਹੋਵਾ ਦੇ ਨਾਮ ਵਿੱਚ, ਯਹੋਵਾ ਦੇ ਨਾਮ ਵਿੱਚ ਬੋਲੋ, ਇੱਕੋ ਹੀ ਨਾਂ ਸਾਰੀ ਦੁਨੀਆ 'ਤੇ ਦਿੱਤਾ ਗਿਆ, ਇੱਕ ਨਾਮ ਦਿੱਤਾ ਗਿਆ। ਧਿਆਨ ਨਾਲ ਸੁਣੋਗੇ ਤੇ, ਜਦੋਂ 12 ਬੰਦੇ ਘੱਲੇ ਮਿਸਰ ਦਾ ਕਨਾਨ ਦੇਸ਼ ਦਾ ਭੇਤ ਲੈਣ ਵਾਸਤੇ, ਉਦੋਂ ਫਿਰ ਗਿਆ ਕੌਣ? ਕਾਲਬ, ਯੋਸ਼ੂਆ ਗਿਆ, 10 ਬੰਦੇ ਹੋਰ ਗਏ, 12 ਬੰਦੇ ਗਏ। ਸਾਰਿਆਂ ਦੇ ਨਾਂ ਚੇਂਜ ਕੀਤੇ ਸੀ, ਯਿਸੂ ਮਸੀਹ ਨੇ ਬਦਲੇ ਸੀ। ਇਹਦਾ ਨਾਮ ਸੀਗਾ ਯੋਸ਼ੂਆ, ਦਾ ਪਹਿਲਾ ਨਾਮ ਸੀ ਬੋਲੋ ਹੋਸ਼ੀਆ, 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 ਨਜਾਤ। ਹੋਸ਼ੀਆ ਦੇ ਨਾਮ ਦਾ ਅਰਥ ਆ ਨਜਾਤ। ਅਤੇ ਮੂਸਾ ਨੇ ਕਿਹਾ ਵੀ ਨਾਮ ਸਹੀ ਨਹੀਂ, ਤੇਰਾ ਨਾਮ ਯੋਸ਼ੂਆ ਹੋਵੇਗਾ। ਉਸਨੇ ਕਿਹਾ ਕਿਉਂ? ਤੇਰੇ ਨਾਂ 'ਚ ਵੀ ਘਮੰਡ ਆ ਗਿਆ ਅਤੇ ਤੂੰ ਖਤਮ ਹੋ ਗਿਆ, ਅਤੇ ਤੈਨੂੰ ਇਹੋ ਜਿਹਾ ਨਾਂ ਦੇਣਾ। ਤੂੰ ਕਿਹੜਾ ਨਾਂ ਦਿੱਤਾ ਸੀ? ਯੋਸ਼ੂਆ। ਬੋਲੋ, ਯੋਸ਼ੂਆ ਦੇ ਨਾਮ ਦਾ ਅਰਥ ਕੀ ਹੈ? ਨਜਾਤ ਯਹੋਵਾ ਦਿੰਦਾ ਆ, ਹੋਸ਼ੀਆ ਨਹੀਂ। ਸਮਝ ਵਿੱਚ ਆਇਆ ਕਿ ਨਹੀਂ? ਕੁਛ ਸਮਝਿਆ ਕਿ ਨਹੀਂ? ਮੈਨੂੰ ਵੀ ਅੱਜ ਤੱਕ ਕਦੀ ਨਹੀਂ ਕਿਸੇ ਨੇ ਸੁਣਿਆ ਮੇਰੇ ਮੂੰਹ ਵਿੱਚੋਂ ਵੀ ਜਿੱਥੇ ਮੈਂ ਕਹਿ ਦਿੱਤਾ ਹੋਵੇ ਵੀ ਮੈਂ ਤੈਨੂੰ ਚੰਗਾ ਕੀਤਾ, ਮੈਂ ਤੇਰੇ ਵਿੱਚੋਂ ਭੂਤ ਕੱਢਿਆ। ਜਿਹੜੀ ਲੜਕੀ ਬੈਠੀ ਹੈ ਨਾ, ਇਹ 40 ਸਾਲ ਤੋਂ ਬਿਮਾਰ ਸੀ, ਦੇਖ ਲਓ ਤੁਸੀਂ ਜਾਣਦੇ ਹੋ ਇਹਨੂੰ। ਕਿੰਨਾ ਕਾਕਾ ਤੇਰਾ? ਰਣਜੀਤ। ਆ ਕਿੰਨੇ ਸਾਲ ਤੋਂ? 40 ਸਾਲਾਂ ਤੋਂ। ਹੁਣ ਦੇਖ ਲਓ, ਨਵੰਬਰ 9 ਤੁਹਾਡੇ ਸਾਹਮਣੇ ਖੜ੍ਹੀ ਹੈ, ਅਤੇ ਸੁਣਿਆ ਜੇ ਕਦੀ ਮੇਰੇ ਮੂੰਹ 'ਚੋਂ ਵੀ ਮੈਂ 40 ਸਾਲਾਂ ਦੀ ਬਿਮਾਰ ਨੂੰ ਠੀਕ ਕਰਤਾ? ਨਾਲ ਹੀ ਸਵਾਲ ਆ ਜਾਣਾ, ਬਹਿ ਜਾਓ, ਵੀ ਜਦੋਂ ਤੇਰੀ ਮੰਮੀ, ਮੇਰੀ ਮਾਂ, ਅਤੇ 3 ਦਿਨ ਮਰਨ ਤੋਂ ਪਹਿਲਾਂ ਗੁੰਮ ਹੋ ਗਈ ਸੀ, ਅਤੇ ਉਦੋਂ ਤੇਰੇ ਹੱਥ ਨੇ ਕਿਉਂ ਨਹੀਂ ਕੁਛ ਕੀਤਾ? ਅਤੇ ਜਵਾਬ ਹੈ ਕੋਈ? ਬੋਲੋ ਵੀ। ਇਸ ਲਈ ਭਗਤੀ ਭਾਵੇਂ ਥੋੜ੍ਹੀ ਕਰੋ, ਘਮੰਡ, ਗਰੂਰ, ਹੰਕਾਰ ਆ ਗਿਆ ਤਾਂ ਤੁਹਾਡਾ ਕੁਛ ਨਹੀਂ ਬਚਣਾ, ਕਦੀ ਜ਼ਿੰਦਗੀ 'ਚ ਨਹੀਂ ਕਹਿਣਾ। ਇਹ ਵੀ ਨਾ ਕਿਹਾ ਕਰੋ ਆਪਣੀ ਘਰ ਵਾਲੀ ਨੂੰ ਵੀ ਨਾ ਕਹਿ ਦਿਓ ਵੀ ਮੈਂ ਕਮਾਈ ਕਰਾਂ ਤੇ ਤਾਂ ਤੂੰ ਖਾਣੀ ਆ। ਬੱਚਿਆਂ ਨੂੰ ਵੀ ਨਹੀਂ ਕਦੇ ਕਹਿ ਦਿਓ ਗਲਤੀ ਨਾਲ ਵੀ ਮੈਂ ਕਮਾਉਣਾ ਤੇ ਤੁਸੀਂ ਖਾਂਦੇ ਹੋ। ਇਹ ਵੀ ਬੜਾ ਵੱਡਾ ਹੰਕਾਰ ਆ। ਜਦੋਂ ਫਿਰ ਪਿਓ ਮਰ ਜਾਏ ਤੇ ਬੱਚੇ ਮਰ ਜਾਂਦੇ ਨੇ ਨਾਲ ਹੀ, ਹੈਂ? ਪਤੀ ਮਰ ਜਾਂਦਾ ਵਾ ਤੇ ਉਹ ਲੜਕੀ ਨਾਲ ਹੀ ਮਰ ਜਾਂਦੀ ਹੈ, ਵਿਧਵਾ ਹੈ ਨਹੀਂ ਦੁਨੀਆ 'ਤੇ। ਬਸ ਫਿਰ
ਕਦੀ ਜ਼ਿੰਦਗੀ 'ਚ ਨਾ ਕਹਿ ਦਿਓ ਮੈਂ ਰੋਜ਼ੇ ਰੱਖਣਾ, ਕਦੀ ਨਾ ਕਹਿ ਦਿਓ ਮੈਂ ਦੁਆ ਬੜੀ ਕਰਨਾ, ਕਦੀ ਨਾ ਕਹਿ ਦਿਓ ਮੈਂ ਬੜਾ ਰੋਜ਼ੇਦਾਰ ਹਾਂ, ਮੈਂ ਬੜੀ ਦੁਆ ਕਰਨਾ, ਮੈਂ ਬੜਾ ਕੁਛ ਹਾਂ। ਮੈਂ ਕੁਝ ਨਹੀਂ ਹਾਂ, ਬੋਲੋ, ਮੈਂ ਕੁਝ ਨਹੀਂ ਹਾਂ, ਤੂੰ ਸਭ ਕੁਛ ਹੈ। ਜਦੋਂ ਬੱਕਰੀ ਬੋਲਦੀ ਹੈ ਤੇ ਉਹ ਭੈ ਕਹਿੰਦੀ ਆ, ਹਾਂ ਮੈਂ ਮੈਂ ਮੈਂ, ਹੁਣ ਬੋਲਦੇ ਨੇ ਤੁਸੀਂ, ਫਿਰ ਬੋਲੋ, ਫਿਰ ਬੋਲੋ, ਪ੍ਰੇਮ ਤੂੰ ਕਿਉਂ ਨਹੀਂ ਬੋਲਦਾ ਯਾਰ? ਬੱਚੇ ਭੁੱਖੇ ਮਰ ਦੇਣੇ ਜੇ ਤੇ ਤੂੰ ਨਾ ਹੋਵੇਂ, ਤੇ ਤੇਰੇ ਘਰ ਵਾਲੇ ਨੇ ਭੁੱਖੀ ਮਰ ਦੇਣਾ ਜੇ ਤੂੰ ਨਾ ਹੋਵੇਂ ਤੇ। ਹੈਂ ਕੀ ਕਹਿੰਦੇ? ਅੱਛਾ, ਇੱਦਾਂ ਸਾਡੇ ਵਿੱਚ ਨਹੀਂ ਹੁੰਦਾ, ਤੇ ਕਿੰਨਾ ਵਿੱਚ ਹੁੰਦਾ? ਜਿੱਥੇ ਮੈਂ ਆ ਗਈ ਉੱਥੇ ਉਹ ਹੈ ਨਹੀਂ, ਜਿੱਥੇ ਉਹ ਹੋਵੇਗਾ ਉੱਥੇ ਮੈਂ ਹੈ ਨਹੀਂ, ਜਿੱਥੇ ਮੈਂ ਹੋਵਾਂਗਾ ਉੱਥੇ ਉਹ ਨਹੀਂ ਹੋਵੇਗਾ, ਜਿੱਥੇ ਮੈਂ ਨਾ ਹੋਵਾਂਗਾ ਉੱਥੇ ਉਹੋ ਹੀ ਹੋਵੇਗਾ। ਕਦੀ ਨਹੀਂ ਕਿਸੇ ਸੁਣਿਆ ਅੱਜ ਤੱਕ ਮੈਂ ਕਿਸੇ 'ਚੋਂ ਭੂਤ ਕੱਢਿਆ, ਮੈਂ ਕਿਸੇ 'ਚੋਂ ਬਦਰੂ ਕੱਢੀ, ਨਾ। ਇੰਨਾ ਬੜੀ ਵੱਡੀ ਗੱਲ ਆ ਵੀ ਉਹ ਮੇਰੇ ਨਾਲ ਰਹਿੰਦਾ, ਬਸ ਇਸ ਤੋਂ ਵੱਡੀ ਗੱਲ ਕੋਈ ਵੀ ਨਹੀਂ, ਉਹ ਮੇਰੇ ਨਾਲ ਰਹਿੰਦਾ। ਹੁਣ ਅਸੀਂ ਇਹ ਗੱਲ ਸਮਝ ਗਏ ਹਾਂ, ਹੁਣ ਮੂਸਾ ਨੂੰ ਕਿਹਾ ਜਾ ਅਤੇ ਮੈਂ ਤੇਰੇ ਨਾਲ ਹੋਵਾਂਗਾ। ਜਦੋਂ ਇਕੱਲਾ ਸੀ ਮੂਸਾ, ਮਿਸਰ ਵਿੱਚੋਂ ਚੋਰੀ ਦੌੜ ਗਿਆ ਡਰਦਾ, ਕਿਉਂਕਿ ਉਹਦੇ ਹੱਥੋਂ ਇੱਕ ਬੰਦਾ ਮਿਸਰੀ ਮਰ ਗਿਆ ਸੀ, ਅਤੇ ਹੁਣ ਖੁਦਾ ਨਾਲ ਆ, ਮੇਰਾ ਇਸਰਾਇਲੀਆਂ ਨੂੰ ਨਹੀਂ ਲੈ ਕੇ ਆਇਆ, ਮਿਲੀ ਜੁਲੀ ਭੀੜ ਨੂੰ ਵੀ ਨਾਲ ਲੈ ਕੇ ਆਇਆ। ਮੂਸਾ ਦੀ ਮਨਿਸਟਰੀ ਤੋਂ ਇਲਾਵਾ ਨਾ ਕਿਸੇ ਚਟਾਨ 'ਚੋਂ ਪਾਣੀ ਪੀਤਾ ਅਤੇ ਨਾ ਕਿਸੇ ਨੇ ਸਮਾਨ ਤੋਂ ਮੰਨਾ ਡਿੱਗਾ ਖਾਧਾ। ਅੱਜ ਤੱਕ ਬੋਲੋ, ਜਿਹੜਾ ਸੰਦੂਕ ਦੇ ਵਿੱਚ ਮਨ ਦੇ ਨਾਲ ਭਰਿਆ ਹੋਇਆ ਡੱਬਾ ਰੱਖਿਆ ਹੋਇਆ ਸੀ, ਸੋਨੇ ਦਾ ਰੱਖਿਆ ਸੀ ਨਾ, ਅਤੇ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ ਵੀ ਉਹ ਕੋਈ ਹੱਥ ਵੀ ਲਾ ਕੇ ਦੱਸ ਸਕੇ ਵੀ ਇੱਥੇ ਹੈਗਾ। ਬੋਲੋ, ਇਸ ਤੋਂ ਵੱਡੀ ਗੱਲ ਹੋਰ ਕਿਹੜੀ ਹੈ? ਬੋਲੋ, ਸਾਰਿਆਂ ਨੇ ਹਾਂ ਕਰ ਕਰਕੇ ਨਾ ਕੱਢ ਦਿੱਤੇ, ਅਤੇ ਇੱਕੋ ਤਾਂ ਹੈਗਾ ਜਿਹਨੇ ਹਾਂ ਕਰ ਛੱਡੀ ਹੈ। ਜਦੋਂ ਸਾਰੇ ਵੀ ਤੈਨੂੰ ਛੱਡ ਦੇਣਗੇ ਮੈਂ ਤੈਨੂੰ ਕਦੀ, ਯਸ਼ਾਇਆ 49 ਦੀ ਸ਼ਾਇਦ 15 ਹੀ ਪੜ੍ਹ ਲਓ, ਜਲਦੀ ਪੜ੍ਹ ਦਿਓ,
ਜਦੋਂ ਉਤਪਤੀ ਪੜ੍ਹ, ਉਤਪਤੀ ਪੜ੍ਹ। ਕੀ ਇਹ ਹੋ ਸਕਦਾ ਕਿ ਕੋਈ ਮਾਂ ਆਪਣੇ ਸ਼ੀਰ ਖੁਆਰ, ਸ਼ੀਰ ਕਹਿੰਦੇ ਨੇ ਇਹ ਵਾਲੇ ਹਿੱਸੇ ਨੂੰ ਜਿੱਥੇ ਦੁੱਧ ਮਿਲਦਾ ਬੱਚੇ ਲਈ, ਕੀ ਕੋਈ ਮਾਂ ਸ਼ੀਰ ਖੁਆਰ ਬੱਚੇ ਨੂੰ ਭੁੱਲ ਸਕਦੀ ਆ? ਕਿ ਉਸਕੇ ਰਹਿਮ ਨਹੀਂ ਰੇਹਮ, ਯੂਟਰੈਸ ਦਾ ਨਾਂ ਆ ਰੇਹਮ, ਰੇਹਮ ਕੁੱਖ। ਕੀ ਕੋਈ ਐਸੀ ਮਾਂ ਜਿਹੜੀ ਕੁੱਖ, ਆਪਣੀ ਕੁੱਖ 'ਚ ਪੈਦਾ ਹੋਇਆ, ਕੀ ਉਹ ਭੁੱਲ ਸਕਦੀ ਹੈ? ਉਹ ਸ਼ਾਇਦ ਭੁੱਲ ਜਾਏ, ਪਰ ਮੈਂ ਨਹੀਂ ਤੈਨੂੰ ਭੁੱਲਾਂਗਾ, ਅਜੇ ਵੀ ਤੁਹਾਡੇ ਧਿਆਨ 'ਚ ਨਹੀਂ ਆਇਆ। ਮੈਨੂੰ ਪਤਾ ਨਾ ਨਹੀਂ ਆਇਆ, ਮੈਨੂੰ ਉਹਦਾ ਪਤਾ ਲੱਗ ਜਾਂਦਾ ਜਦੋਂ ਤੁਹਾਨੂੰ ਮਾੜੀ ਮਾੜੀ ਖੁਰਕ ਹੁੰਦੀ ਹੈ। ਹਾਂ, ਕਿਉਂ ਕਿਉਂ ਨਹੀਂ ਭੁੱਲਾਂਗਾ? ਕਿਸੇ ਵੀ ਮਾਂ ਦਾ ਹੱਥ ਵੇਖ ਲਓ, ਵਰਲਡ ਵਿੱਚ ਹੱਥ ਦੇ ਉੱਤੇ ਤਸਵੀਰ ਹੈ, ਕਿਸੇ ਬੱਚੇ ਦੀ ਨਹੀਂ ਹੁੰਦੀ। ਹੁੰਦੇ ਹੱਥ ਹੀ ਲਬੇੜੇ ਹੁੰਦੇ ਨੇ, ਪੁੱਠੇ 'ਤੇ ਵੀ ਮਹਿੰਦੀ ਅਤੇ ਸਿੱਧੇ 'ਤੇ ਵੀ ਮਹਿੰਦੀ। ਪਰ ਇਹ ਯਾਦ ਰੱਖੋ, ਯਸੂ ਦੇ ਹੱਥ ਜਦੋਂ ਤੁਸੀਂ ਵੇਖੋਗੇ, ਉੱਥੇ ਤੇਰੀ ਸ਼ਕਲ ਉਹਦੇ ਹੱਥਾਂ ਦੇ ਵਿੱਚੋਂ ਦੀ ਨਜ਼ਰ ਆਏਗੀ। ਤਾਰੀਫ ਕਰੋ ਹੱਥ ਉਠਾ ਕੇ। ਹਾਲੇਲੂਇਆ। ਸੱਚਾਈ ਨਾਲ ਗਾਇਓ ਅਤੇ ਦਿਲ ਤੋਂ ਗਾਇਓ, ਸੱਚਾਈ ਨਾਲ ਗਾਇਓ ਅਤੇ ਦਿਲ ਤੋਂ ਗਾਇਓ। ਇਹ ਮੈਂ ਉਦੋਂ ਭਜਨ ਲਿਖਿਆ ਸੀ ਜਦੋਂ ਮੈਂ ਨੇਪਾਲ ਦੀ ਪਹਾੜੀਆਂ ਤੋਂ ਉਤਰਿਆ, ਕਿਉਂਕਿ 12 ਘੰਟੇ ਲੱਗਦੇ ਸੀ ਪਹਾੜ ਤੋਂ ਉਤਰਦੇ ਉਤਰਦੇ ਨੇਪਾਲ ਦੀਆਂ ਪਹਾੜੀਆਂ 'ਚ। ਅਤੇ ਉਸ ਵਕਤ ਮੈਂ ਇਕੱਲਾ ਸੀ ਜਦੋਂ ਪੱਥਰ 'ਤੇ ਬਹਿ ਕੇ ਮੈਂ ਲਿਖਿਆ ਸੀ ਭਜਨ। ਭਜਨ ਇਹ ਸੀ, ਆਏ ਖੁਦਾ ਜਿਹੜਾ ਤੂੰ ਵਚਨ ਸਾਨੂੰ ਸਮਝਾ ਦਿੱਤਾ, ਸਿਖਾ ਦਿੱਤਾ, ਇਸ ਉੱਤੇ ਅਮਲ ਕਰਨ ਦੀ ਤਾਕਤ ਦੇ, ਪ੍ਰਭੂ ਯਿਸੂ ਨਾਸਰੀ ਦੇ ਨਾਮ। ਖੁਦਾਵੰਦ ਯਿਸੂ ਮਸੀਹ ਦਾ ਫਜ਼ਲ ਸਭਨਾ ਉੱਤੇ ਹਮੇਸ਼ਾ ਹਮੇਸ਼ਾ ਤੱਕ ਹੁੰਦਾ ਰਹੇ। ਆਮੀਨ। ਜਿਹਨੂੰ